ਵੀਰੋ ਅੱਜ ਆਪਾਂ ਪਛੇਤੀ ਵੈਰੈਟੀ ਜਿਹੜੀ ਕਿ 2852 ਕਣਕ ਦੀ ਉਸ ਬਾਰੇ ਗੱਲਬਾਤ ਕਰਦੇ ਆ 2852 ਵੈਰੈਟੀ ਤਾਂ ਉਹਨਾਂ ਭਰਾਵਾਂ ਵਾਸਤੇ ਆ ਜਿਹੜੇ ਜਿਵੇਂ ਅਸੀਂ ਹੁਣ ਤ ਤੀਜੀ ਫਸਲ ਚੱਕਣੀ ਆ ਜਿਵੇਂ ਅਸੀਂ ਬਾਸਪਤੀ ਚੱਕ ਕੇ ਗੋਭੀ ਲਾ ਕੇ ਤੋਂਦੋਂ ਬਾਅਦ ਅਸੀਂ ਇਹ ਕਣਕ 2852 ਦੀ ਗੱਲ ਕਰਦੇ ਆ ਆਪਾਂ ਤਾਂ 2852 ਅਸੀਂ ਉਸ ਤੋਂ ਬਾਅਦ ਬੀਜਦੇ ਆ ਜੀ ਟਾਈਮ ਟੇਬਲ ਦੀ ਗੱਲ ਕਰਦੇ ਆ ਆਪਾਂ ਆਪਾਂ ਦੇਸੀ ਮਹੀਨੇ 'ਚ ਹੀ ਆਉਣੇ ਆ ਵੀ ਜਿਹੜੀ ਇਹਦੀ ਬਜਾੰਦ ਆ ਜੀ ਅੱਧ ਮੱਗਰ ਤੋਂ ਬਜਾੰਦ ਦੀ ਸਹੀ ਬਜਾੰਦ ਅੱਧ ਮੱਗਰ ਤੋਂ ਆਈ ਤਦ ਮੱਗਰ ਤੋਂ ਲੈ ਕੇ ਤੁਸੀਂ 5-7 ਪੋ ਤਾਂ ਹੀ ਬੀਜ ਸਕਦੇ ਇਹਨੂੰ ਕਣਕ ਨੂੰ ਇਹ ਜਿਹੜੀ ਵੈਰੈਟੀ 2851 ਦੀ ਹੈ ਇਹ ਟੈਂਪਰੇਚਰ ਪੂਰਾ ਪ੍ਰੋਪਰ ਚੱਲ ਜਾਂਦੀ ਆ ਕਿਉਂਕਿ ਬਹੁਤ ਛੇਤੀ ਜਿਹਦੀ ਇਹ ਵੈਰੈਟੀ ਆ ਲੇਟ ਬੀਜੇ ਤੇ ਛੇਤੀ ਛੱਟਾ ਲਿਆ ਕੇ ਦਾਣਾ ਬਣਾ ਜਾਂਦੀ ਆ ਅੱਧ ਮੱਗਰ ਨੂੰ ਆਪਾਂ ਤੁਹਾਨੂੰ ਗੱਲ ਕਰਦੇ ਆ ਵੀ ਉਦੋਂ ਬੀਜਣੀ ਆ ਤਾਂ ਇਹਦਾ 50 ਕਿਲੋ ਵੀ ਬਹੁਤ ਆ ਜਿਵੇਂ ਜਿਵੇਂ ਤੁਸੀਂ ਇਹਨੂੰ ਲੇਟ ਕਰਦੇ ਜਾਵੋਗੇ 5-5 4-4 ਦਿਨ ਤਾਂ ਓਵੇਂ ਓਵੇਂ ਇਹਦਾ 2-2 3-3 ਕਿਲੋ ਵੀ ਵਧਾਈ ਜਾਓ ਬੀ ਦਾ ਤਾਂ तकरीबन 80 ਕਿਲੋ ਵੀ ਕਿੱਲੇ ਦਾ ਪੈ ਜਾਂਦਾ 80 ਕਿੱਲੇ ਹਾਂ ਨੂੰ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਜਿੰਨਾ ਮਰਜੀ ਕੋਈ ਚਖੇੜਾ ਆਈ ਜਾਵੇ ਕੁਛ ਆਈ ਜਾਵੇ ਸਿਰਫ ਇਹ ਤਾਂ ਮੰਨ ਕੇ ਚੱਲੋ ਵੀ ਇੰਨੀ ਐਡੀ ਰਹਿਣਾ ਠੀਕ ਕਿਸਾਨ ਵੀਰੋ ਅੱਜ ਆਪਾਂ ਪਛੇਤੀ ਵੈਰੈਟੀ ਜਿਹੜੀ ਕਿ 2852 ਕਣਕ ਦੀ ਉਸ ਬਾਰੇ ਗੱਲਬਾਤ ਕਰਦੇ ਹਾਂ ਆਪਣੇ ਨਾਲ ਬਾਈ ਜੀ ਪਰਮਜੀਤ ਸਿੰਘ ਮਾਨ ਆ ਤੇ ਬੜਾ ਲੰਮਾ ਤਜਰਬਾ ਰੱਖਦੇ ਆ 2852 ਕਣਕ ਬਾਰੇ ਜਾਣਕਾਰੀ ਲੈਣੇ ਆ ਮਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਦਾ ਤੇ ਮਾਨ ਸਾਹਿਬ ਜੇ ਆਪਾਂ ਗੱਲ ਕਰੀਏ 2852 ਜਿਹੜੀ ਵੈਰੈਟੀ ਆ ਕਾਫੀ ਭਰਾਵਾਂ ਨੂੰ ਤਾਂ ਇਹਦੇ ਬਾਰੇ ਨੌਲੇਜ ਆ ਪਰ ਕਾਫੀ ਭਰਾਵਾਂ ਨੂੰ ਜਿਹੜਾ ਪਤਾ ਨਹੀਂ ਲੱਗਦਾ ਵੀ ਕਿੱਥੋਂ ਅਸੀਂ ਲਈਏ ਜਾਂ ਕਿਸ ਤਰ੍ਹਾਂ ਝਾੜ ਰਹਿੰਦਾ ਕਿੰਨੇ ਟਾਈਮ ਤੇ ਜਿਹੜੀ ਇਹ ਬੀਜੀ ਜਾਂਦੀ ਆ ਇਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਜੇ ਆਪਾਂ 2852 ਕਣਕ ਦੀ ਗੱਲ ਕਰੀ ਹੈ ਨਾ ਕਿਸ ਤਰ੍ਹਾਂ ਦੀ ਵੈਰੈਟੀ ਮੰਨਦੇ ਹੋ ਤੁਸੀਂ ਇਹਨੂੰ thai 51 ਵੈਰਾਈਟੀ ਤਾਂ ਉਹਨਾਂ ਭਰਾਵਾਂ ਵਾਸਤੇ ਆ ਜਿਹੜੇ ਜਿਵੇਂ ਅਸੀਂ ਹੁਣ ਤਾ ਤੀਜੀ ਫਸਲ ਚੱਕਣੀ ਆ ਜਿਵੇਂ ਅਸੀਂ ਬਾਸਪਤੀ ਚੱਕ ਕੇ ਗੋਭੀ ਲਾ ਕੇ ਤੋਂਦੋਂ ਬਾਅਦ ਅਸੀਂ ਇਹ ਕਣਕ 2852 ਦੀ ਗੱਲ ਕਰਦੇ ਆਂ ਆਪਾਂ ਤਾਂ 2852 ਸੀ ਉਸ ਤੋਂ ਬਾਅਦ ਬੀਜਦੇ ਆਂ ਜਿਵੇਂ ਹੁਣ ਆਪਾਂ ਨਰਮਾ 벨ਟ ਤੇ ਜਾਵੜ ਗਏ ਜੀ ਅਬੋਰ ਸਾਈਡ ਜਿਹੜੀ ਬਠਿੰਡਾ ਸਾਈਡ ਆ ਇਹ ਸਾਰੇ ਤਕਰੀਬਨ 2852 ਦੀ ਜਿਹੜੀ ਵੈਰੈਟੀ ਆ ਉਹ ਹੀ ਵਰਤਦੇ ਆ ਇਹਦੀ ਜਿਹੜੀ ਟਾਈਮ ਟੇਬਲ ਦੀ ਗੱਲ ਕਰਦੇ ਆਂ ਆਪਾਂ ਆਪਾਂ ਦੇਸੀ ਮਹੀਨੇ 'ਚ ਹੀ ਆਉਨੇ ਆ ਵੀ ਜਿਹੜੀ ਇਹਦੀ ਬਜਾਂਦ ਆਈ ਅੱਧ ਮੱਗਰ ਤੋਂ ਬਜਾਂਦ ਦੇ ਦੀ ਸਹੀ ਬਜਾਂਦ ਅੱਧ ਮੱਗਰ ਤੋਂ ਆਈ ਠੀਕ ਹੈ ਤਾਂ ਅੱਧ ਮੱਗਰ ਤੋਂ ਲੈ ਕੇ ਤੁਸੀਂ 5-7 ਪੋ ਤਾਂ ਹੀ ਬੀਜ ਸਕਦੇ ਇਹਨੂੰ ਕਣਕ ਨੂੰ ਠੀਕ ਹੈ ਜੇ ਆਪਾਂ ਉਹ ਅੰਗਰੇਜ਼ੀ ਮਹੀਨੇ ਦੇ ਵਿੱਚ ਦੇਖੇ ਤਾਂ ਦਸੰਬਰ ਜਨਵਰੀ ਤੱਕ ਹੀ ਹਾਂਜੀ ਹਾਂਜੀ ਤਾਂ ਜੇ ਇਹ ਵੈਰੈਟੀ ਲੇਟ ਆ ਜੇ ਇਹਨੂੰ ਆਪਾਂ ਐਡਵਾਂਸ ਮਤਲਬ ਕਿ ਚਲੋ 30 86 ਜਾਂ ਆਪਾਂ ਜਿਹੜੀਆਂ ਗੇਤੀਆਂ ਵੈਰੈਟੀਆਂ ਨਾਲ ਬੀਜਦੇ ਆ ਤਾਂ ਇਹਦਾ ਝਾੜ ਹੈ ਨਹੀਂਗਾ ਠੀਕ ਹੈ ਜੀ ਤੇ ਇਹਨੂੰ ਆਪਾਂ ਜਿੰਨਾ ਨੂੰ ਲੇਟ ਬੀਜਾਂਗੇ ਤਾਂ ਇਹਨੇ ਜਿਹੜਾ ਇਹ ਜਿਹੜੀ ਟੈਂਪਰੇਚਰ ਵੀ ਚੱਲਦੀ ਹੈ ਇਹ ਵੈਰੈਟੀ ਜਿਵੇਂ ਮਗਰੋਂ ਕੋਈ ਗਰਮੀ ਪੈ ਜਾਂਦੀ ਹੈ ਜਿਵੇਂ 30 86 ਜਾਂ ਹੋਰ ਵੈਰੈਟੀਆਂ ਨਹੀਂ ਟੈਂਪਰੇਚਰ ਚੱਲਦੀਆਂ ਤਾ ਇਹ ਜਿਹੜੀ ਵੈਰੈਟੀ 2851 ਦੀ ਹੈ ਇਹ ਟੈਂਪਰੇਚਰ ਪੂਰਾ ਪ੍ਰੋਪਰ ਚੱਲ ਜਾਂਦੀ ਆ ਕਿਉਂਕਿ ਬਹੁਤ ਛੇਤੀ ਜਿਹੜੀ ਇਹ ਵੈਰੈਟੀ ਆ ਲੇਟ ਵੀ ਜੇ ਤੇ ਛੇਤੀ ਛੱਟਾ ਲਿਆ ਕੇ ਦਾਣਾ ਬਣਾ ਜਾਂਦੀ ਆ ਜਿਵੇਂ ਆਪਾਂ ਕਹਿ ਲਈਏ ਵੀ ਦਸੰਬਰ ਤੇ ਜਨਵਰੀ ਦੇ ਅੱਧ ਤੱਕ ਵੀ ਬੀਜ ਸਕਦੇ ਹਾਂ ਹਾਂ ਹਾਂਜੀ ਬੀਜ ਸਕਦੇ ਹਾਂ ਠੀਕ ਹੈ ਜੀ ਕਿੰਨਾ ਬੀ ਪੈਂਦਾ ਬਾਈ ਜੀ ਇਹਦਾ ਇਹਦਾ ਜੀ ਜੇ ਤਾਂ ਤੁਸੀਂ ਮੰਨ ਕੇ ਚੱਲੋ ਵੀ ਆਪਾਂ ਥੋੜੀ ਜੀ ਐਡਵਾਂਸ ਜਿਵੇਂ ਮੰਨ ਕੇ ਚੱਲ ਅੱਧ ਮੱਗਰ ਨੂੰ ਆਪਾਂ ਤੁਹਾਨੂੰ ਗੱਲ ਕਰਦੇ ਆਂ ਵੀ ਉਦੋਂ ਬੀਜਣੀ ਆ ਤਾਂ ਇਹਦਾ 50 ਕਿਲੋ ਵੀ ਬਹੁਤ ਆ ਜਿਵੇਂ ਜਿਵੇਂ ਤੁਸੀਂ ਇਹਨੂੰ ਲੇਟ ਕਰਦੇ ਜਾਵੋਗੇ 5 5 4 4 ਦਿਨ ਤਾਂ ਓਵੇਂ ਓਵੇਂ ਦਾ 2 2 3 3 ਕਿਲੋ ਵੀ ਵਧਾਈ ਜਾਓ ਬੀ ਤਾਂ ਇਹਦਾ ਤਕਰੀਬਨ 80 ਕਿਲੋ ਵੀ ਕਿੱਲੇ ਦਾ ਪੈ ਜਾਂਦਾ 80 ਕਿਲੋ ਜੀ ਜਿੰਨੀ ਲੇਟ ਬੀਜਦੇ ਹੋ ਹਾਂ ਜਿਵੇਂ ਜਿਵੇਂ ਤੁਸੀਂ ਲੇਟ ਕਰਦੇ ਜਾਵੋਗੇ ਓਵੇਂ ਓਵੇਂ ਇਹਦਾ ਤੁਸੀਂ ਜਿਹੜਾ ਹੈਗਾ ਸੀਡ ਵਧਾ ਉਹ ਵਧਾ ਸਕਦੇ ਹੋ ਤਾਂ ਕਿ ਇਹ ਜਿਹੜੀ ਵੈਰੈਟੀ ਆ ਜੀ ਇਹ ਜੇ ਤਾਂ ਤੁਸੀਂ ਅੱਧ ਮੱਗਰ ਨੂੰ ਬੀਜੋਗੇ ਤਾਂ ਇੱਕ ਦੋ ਸਾਖਾਂ ਜੀ ਬੂਟਾ ਦੇਊਗਾ ਜਿੰਨਾ ਲੇਟ ਹੋਈਗਾ ਉਨਾਂ ਹੀ ਇਹਨੇ ਕੋਈ ਥੱਲੋਂ ਇਹਨੇ ਹੋਰ ਫੋਟ ਨਹੀਂ ਦੇਣੀ ਥੋੜੀ ਨਹੀਂ ਦੇਣੀ ਸਿੱਧਾ ਸਿੰਪਲ ਹੀ ਸਿੱਧਾ ਹੀ ਇੱਕੋ ਤੇਲੀ ਨਿਕਲਣੀ ਹੈ ਦੀ ਤਾਂ ਤਾਈਓ ਇਹਦਾ ਜਿਹੜਾ ਸੀਡ ਆ ਉਹ ਵੱਧ ਪਾਉਣਾ ਪੈਂਦਾ ਜੇ ਤੁਸੀਂ ਮਸ਼ੀਨ ਨਾਲ ਵੇਚਣਾ ਚਾਹੁੰਦੇ ਆ ਜੀ ਤਾਂ 15 20 ਕਿਲੋ ਦਾ ਛੱਟਾ ਤੁਸੀਂ ਛੱਟਾ ਮਾਰ ਦਿਓ ਥੱਲੇ ਦੇ ਦੇ ਥੱਲੋਂ ਛੱਟਾ ਮਾਰ ਦਿਓ ਉਦੋਂ ਬਾਅਦ ਉੱਤੇ ਕੋਈ 50 60 ਕਿਲੋ ਦਾ ਮਸ਼ੀਨ ਨਾਲ ਹੋਰੇ ਕੱਢ ਦੋ ਤਾਂ ਬਹੁਤ ਸੋਹਣਾ ਰਿਜ਼ਲਟ ਆਉਂਦਾ ਜੀ ਇਹਦਾ ਜਿਵੇਂ ਲੇਟ ਵੈਰੈਟੀ ਆ ਕੋਈ ਝਾੜ ਤੇ ਤਾਂ ਕੋਈ ਫਰਕ ਪੈਂਦਾ ਜੀ ਕਿਵੇਂ ਦੂਜਿਆਂ ਨਾਲ ਕੋਈ ਘਟ ਰਿਹਾ ਜਾਂ ਸੇਮ ਹੀ ਰਹਿੰਦਾ ਜੀ ਦੂਜੀ ਕਾਪੀ ਨਾਲ ਆਪਾਂ ਜਦੋਂ ਦੀ ਬੀਜ ਰਹੇ ਆਂ ਜੀ 4-5 ਸਾਲ ਤੋਂ ਆਪਾਂ ਇਹ ਬਾਸਪਾ ਆਹਾਂ ਬੀਜ ਰਹੇ ਆਂ 2851 ਵੈਰੈਟੀ ਤਾਂ ਆਪਣੇ ਅੱਜ ਤਾਈਂ ਇਹ ਪ੍ਰੋਬਲਮ ਨਹੀਂ ਆਈ ਕਿਉਂਕਿ ਇਹ ਜਿਹੜੀ ਵੈਰੈਟੀ ਆ ਜੀ 2851 ਸਿਰਫ ਇਹਨੂੰ ਪੀਲੀ ਕੁੰਗੀ ਦੀ ਸ਼ਿਕਾਇਤ ਆ ਜੀ ਜਿਹੜਾ ਬੰਦਾ ਦੋ ਸਪਰੇਅਾਂ ਪੋਲੀਕੋਰ ਜਾਂ ਜਿਵੇਂ ਐਮਈ ਸਟਾਰ ਚੰਗੀਆਂ ਦਵਾਈਆਂ ਆਈਆਂ ਤਾਂ ਉਦੋਂ ਨਸਾਰੇ ਤੋਂ ਇੱਕ ਪਹਿਲਾਂ ਹੋ ਜੇ ਜੀ ਜਦੋਂ ਆਪਣੀ ਇਹ ਛੱਟਾ ਲਿਆਉਂਦੀ ਆ ਉਦੋਂ ਕੋਈ 10-15 ਦਿਨ ਪਹਿਲਾਂ ਆ ਜੇ ਸਪਰੇਅ ਹੋ ਜੇ ਇੱਕ ਜਿਹੜੀ ਮਤਲਬ ਕਿ ਜਿਹੜੀ ਛੱਟਾ ਜਦੋਂ ਆਈ ਜਾਂਦਾ ਉਦੋਂ ਸਪਰੇਅ ਆ ਜੇ ਤਾਂ ਪੀਲੀ ਕੁੰਗੀ ਤੋਂ ਜੇ ਬਚ ਜੇ ਬਚਦੇ ਤਾਂ ਬੰਬ ਰਿਜ਼ਲਟ ਆ ਇਹਦਾ ਜੀ ਠੀਕ ਹੈ ਜੀ ਹਾਂਜੀ ਰੇਵ ਵੀ ਦੂਜੀਆਂ ਦੇ ਮੁਕਾਬਲੇ ਜਿਵੇਂ ਆਪਾਂ ਤਿੰਨ ਗੱਟੇ ਪਾਉਣਾ ਇਹ ਕਣਕ ਤੇ ਸੇਮ ਹੀ ਪਾਉਣੀ ਪੈਂਦੀ ਹੈ ਕਿ ਕੋਈ ਵੱਧ ਲੈਂਦੀ ਹੈ ਜਿਵੇਂ ਰੇਵ ਵਗੈਰਾ ਕਾਣਕ ਤੇ ਜਿਹੜੀ ਇਹ 2852 ਦੀ ਜਿਹੜੀ ਇਹ ਵੈਰੈਟੀ ਆ ਜੀ ਇਹਦੇ ਤੇ ਤਾਂ ਮੰਨ ਕੇ ਚੱਲੋ ਜਿਵੇਂ ਹੁਣ ਅਸੀਂ ਬਾਸਪਤੀ ਵੱਢ ਲਈ ਜੀ ਉਦੋਂ ਬਾਅਦ ਗੋਭੀ ਲਾਉਣੀ ਆ ਗੋਭੀ ਤੇ ਜਿਵੇਂ ਚਾਰ ਤੋਂ ਪੰਜ ਗੱਟੇ ਯੂਰੀਆ ਦੇ ਪੈ ਜਾਂਦੇ ਆ ਜੀ ਤੇ ਡੇਢ ਗੱਟੇ ਵਾਂਗੂ ਡੀਏਪੀ ਪੈ ਜਾਂਦੀ ਆ ਤਾਂ ਜਿੰਨਾ ਪਤਰਾ ਆਲ ਗੋਭੀ ਦਾ ਪੱਤਾ ਸਾਰਾ ਵਿੱਚ ਗਲਦਾ ਹਾਂ ਤਾਂ ਅਸੀਂ ਤਾਂ ਤਕਰੀਬਨ ਮੰਨ ਕੇ ਚੱਲੋ ਵੀ 5-7 ਕਿਲੋ ਡੀਏਪੀ ਬੀਜ ਦੇ ਨਾਲ ਉਦੋਂ ਬੀਜ ਦਿੰਨੇ ਆ ਉਦੋਂ ਬਾਅਦ ਉੱਤੇ ਪਾਉਣ ਦੀ ਸਾਨੂੰ ਯੂਰੀਆ ਪਾਉਣ ਦੀ ਉਹਨ ਲੋਡ ਨਹੀਂ ਪੈਂਦੀ ਹਾਂ ਤਾਂ ਜੇ ਆਪਾਂ ਗੱਲ ਕਰੀਏ ਜੇ ਕਿਸੇ ਕਿਸਾਨ ਭਰਾ ਨੇ ਲੇਟ ਵੈਰਾਈਟੀ ਨਹੀਂ ਕੋਈ ਫਸਲ ਬੀਜੀ ਤਾਂ ਲੇਟ ਬੀਜਣੀ ਆ ਤਾਂ ਫੇਰ ਤਾਂ ਬਰਾਬਰੀ ਦੂਜੀ ਦੇ ਜਿੰਨੀ ਆਪਾਂ ਦੂਜੀ ਕਣਕ ਨੂੰ ਪਾਉਨੇ ਆ ਤਾਂ ਪੈਂਦੀ ਪੈਂਦੀ ਆ ਪੈਂਦੀ ਆ ਠੀਕ ਹੈ ਜੀ ਹਾਂ ਤੇ ਜਿਵੇਂ ਆਪਾਂ ਦੇਖੀਏ ਬਾਈ ਜੀ ਇਹਦਾ ਕੋਈ ਡਿੱਗਣ ਡੱਗਣ ਦਾ ਤਾਂ ਨਹੀਂ ਜਿਵੇਂ ਆਮ ਤੌਰ ਤੇ ਕਈ ਵਾਰੀ ਕਣਕ ਡਿੱਗਦੀ ਹੈ ਕਈ ਵੈਰਾਈਟੀਆਂ ਵਿੱਚ ਉਹ ਹਨ ਇਹਨੂੰ ਇਸ ਤਰ੍ਹਾਂ ਦੀ ਤੇ ਕੋਈ ਸ਼ਿਕਾਇਤ ਨਹੀਂ ਨਹੀਂ ਜੀ ਇਹਨੂੰ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਜਿੰਨਾ ਮਰਜ਼ੀ ਕੁਝ ਖਿਹੜਾ ਆਈ ਜਾਵੇ ਕੁਸ਼ ਆਈ ਜਾਵੇ ਸਿਰਫ ਇਹ ਤਾਂ ਮੰਨ ਕੇ ਚੱਲੋ ਵੀ ਇੰਨੀ ਐਡੀ ਰਹਿਣਾ ਠੀਕ ਹੈ ਜੀ ਇਹਦੀ ਦਿੱਕਤ ਸਿਰਫ ਉਹ ਜਿਹੜੇ ਤੂੜੀ ਦੀ ਆਉਂਦੀ ਆ ਵੀ ਇਹਦੀ ਤੂੜੀ ਆ ਜਿਹੜੀ ਉਹ ਘੱਟ ਬਣਦੀ ਆ ਕਿਉਂਕਿ ਇਹਦਾ ਜਦੋਂ ਮਦਰੀ ਆ ਤੇ ਲਾਂਗਾ ਘੱਟ ਹੁੰਦਾ ਤੇ ਉਹ ਤੁਹਾਨੂੰ ਜ਼ਰੂਰ ਆਪਾਂ ਕਹਿ ਸਕਦੇ ਆ ਵੀ ਇਹਦੀ ਤੂੜੀ ਇਹਦੀ ਜ਼ਰੂਰ ਘੱਟ ਬਣੂਗੀ ਤੇ ਡਿੱਗਣ ਡੁੱਗਣ ਦੀ ਕੋਈ ਸ਼ਿਕਾਇਤ ਨਹੀਂ ਇਹਨੂੰ ਭਲਾ ਤੁਸੀਂ ਜਿੰਨੀ ਮਰਜ਼ੀ ਰੇ ਪਾਈ ਜਿੰਨਾ ਮਰਜ਼ੀ ਬਾਹਰ ਵਾਣ ਪਾਰਾ ਹੋਵੇ ਦਿੱਗਣ ਨਾਲੋਂ ਤਾਂ ਜਿਵੇਂ ਇਹਨੂੰ ਭੋਰਾ ਵੀ ਸ਼ਿਕਾਇਤ ਨਹੀਂ ਗੀ ਤੂੜੀ ਤਾਂ ਜੇ ਆਪਾਂ ਵੈਸੇ ਵੀ ਦੇਖੀਏ ਫਿਰ ਜੇ ਬੰਦੇ ਨੇ ਇੱਕ ਫਸਲ ਹੋਰ ਲਈ ਹੋਵੇ ਜੇ ਕੋਈ ਟਰਾਲੀ ਘੱਟ ਵੀ ਨਿਕਲੋ ਤਾਂ ਵੀ ਨਹੀਂ ਕੋਈ ਚੱਕਰੇ ਹਾਂਜੀ ਹਾਂਜੀ ਤੂੜੀ ਦਾ ਵੀ ਕੋਈ ਬਾਹਲਾ ਲੰਮਾ ਚੌੜਾ ਨਹੀਂ ਆਪਾਂ ਕਹਿ ਸਕਦੇ ਵੀ ਜੇ ਦੋ ਜੀਆਂ ਤਿੰਨ ਟਰਾਲੀਆਂ ਇਕੱਲੇ ਦੀਆਂ ਨਿਕਲਦੀਆਂ ਤਾਂ ਇਹਦੀਆਂ ਦੋ ਤਾਂ ਨਿਕਲਦੀਆਂ ਹੀ ਨਿਕਲਦੀਆਂ ਵੀ ਟਰਾਲੀ ਕਿਦਾ ਫਰਕ ਤਾਂ ਪੈਂਦਾ ਤੂੜੀ ਦਾ ਠੀਕ ਹੈ ਜੀ ਹਾਂ ਜਿਵੇਂ ਮਾਨ ਸਾਹਿਬ ਆਪਾਂ ਗੱਲ ਕਰੀਏ ਜਿਆ ਦਸੰਬਰ ਚ ਜਾਂ ਜਨਵਰੀ ਚ ਆਪਾਂ 2851 ਵੈਰਾਈਟੀ ਵੇਚਦੇ ਆ ਕਿੰਨੇ ਪਾਣੀ ਨਾਲ ਪੱਕ ਜਾਂਦੇ ਜਿਹੜੇ ਪੱਕੇ ਬਾਣਾ ਉਦੋਂ ਤਾਂ ਇਹ ਸਿਰਫ ਮੇਰੇ ਸਾਹ ਨਾਲ ਜੇ ਆਪਾਂ ਜਵਾਂ ਲੇਟ ਤੇ ਜਾਈਏ ਤਾਂ ਦੋ ਪਾਣੀ ਦੋ ਪਾਣੀ ਹਾਂ ਤੇ ਹੱਦ ਤਾਂ ਤਿੰਨ ਅਸੀਂ ਟੋਟਲ ਹੀ ਤਿੰਨ ਪਾਣੀ ਲਾਉਣੇ ਆ ਜਿਹੜੀ ਗੋਭੀ ਵਾਲੀ ਨੂੰ ਵੀ ਸਾਡੇ ਤਿੰਨ ਲੱਗਦੇ ਆ ਤੇ ਜਿਹੜੀ ਉਦੋਂ ਜਵਾਂ ਲੇਟ ਜਾਵੜੇ ਉਹਨੂੰ ਦੋ ਪਾਣੀ ਦੋ ਪਾਣੀ ਹਾਂ ਪਹਿਲਾ ਪਾਣੀ ਜਿਵੇਂ ਆਪਾਂ ਕਈ ਕਣਕਾਂ ਨੂੰ ਪੂਰਾ ਚੜਾ ਕੇ ਲਾਉਣੇ ਆ ਇਹ ਪਹਿਲਾ ਪਾਣੀ ਕਿੰਨੇ ਕਿ ਦਿਨਾਂ ਦੇ ਤੁਸੀਂ ਲਾ ਦਿੰਨੇ ਆ ਅਸੀਂ ਜਿਹੜੀ ਇਹ ਵੈਰਾਈਟੀ ਨੂੰ ਲਾਉਣੇ ਆ ਜੀ ਅਸੀਂ ਤਾਂ ਪੂਰਾ ਵਾਲਾ ਮਾਰ ਦੇ ਜਿਹੜੀ ਆਪਣੀ ਵਟ ਹੁੰਦੀ ਆ ਵਿਚਾਲੇ ਆਪਾਂ ਕਿਹੜਾ ਬਣਾਉਨੇ ਆ ਤਾਂ ਅਸੀਂ ਤਾਂ ਤਕਰੀਬਨ ਉਹ ਮਾੜੀ ਮਾੜੀ ਜੀ ਦਿਸਦੀ ਹੁੰਦੀ ਹੈ ਜਦੋਂ ਅਸੀਂ ਪਾਣੀ ਲਾਉਨੇ ਆ ਜੇ ਨਾਲ ਤੁਸੀਂ ਐਡਵਾਂਸ ਪਾਣੀ ਲਾਉਂਗੇ ਉਨੀ ਛੇਤੀ ਤੁਹਾਨੂੰ ਗੁੱਲੀ ਡੰਡੇ ਦੀ ਵੀ ਪ੍ਰੋਬਲਮ ਆਊਗੀ ਜੀ ਜਿੰਨਾ ਵਾਂਣ ਕੋਰ ਪਿਆ ਰਹੂਗਾ ਉਹ ਨਹੀਂ ਉਹ ਜਿਹੜਾ ਗੁੱਲੀ ਡੰਡੇ ਦਾ ਟਾਈਮ ਟੇਬਲ ਖਤਮ ਹੋਊਗਾ ਲੇਟ ਚ ਘਟੂਗੂਗਾ ਅੰਦਾਜ਼ਾ ਜਿਾ ਵੀ ਕਿੰਨੇ ਦਿਨ ਆਪਾਂ ਤਕਰੀਬਨ 45 ਦਿਨ ਤੋਂ ਪਾਣੀ ਲਾਉਨੇ ਆ ਠੀਕ ਹੈ ਜੀ ਹਾਂਜੀ ਤੇ ਲਾਸਟ ਦੇ ਵਿੱਚ ਮਾਨ ਸਾਹਿਬ ਜੇ ਆਪਣੇ ਕੋਈ ਨਵੇਂ ਕਿਸਾਨ ਭਰਾ ਨੇ ਇਹ ਬੀ ਲੈਣਾ ਹੋਵੇ ਹਨਾ ਕਿਹੜੀ ਕਿਹੜੀ ਆਪਾਂ ਗਲੀ ਵੀ ਸੀਡ ਦੁਕਾਨ ਤੋਂ ਆਈ ਹੈ ਆਪਾਂ ਨੂੰ ਮਿਲੂਗਾ ਜੀ ਜਾਂ ਛੋਟਾ ਤਾਂ ਤਜਰਬਾ ਬਹੁਤ ਜ਼ਿਆਦਾ ਕਿੱਥੋਂ ਜਿਹੜੇ ਚੰਗੀ ਵੈਰੈਟੀ ਲੈ ਸਕਦਾ ਪੱਕੇ ਬੈਲ ਤੇ ਇਹਦਾ ਸੀਡ ਜੀ ਆਪਾਂ ਕਿਤੋਂ ਵੀ ਲੈ ਸਕਦੇ ਹਾਂ ਆਪਣੇ ਕੋਟ ਕਬੂਰੇ ਆ ਜਿਵੇਂ ਮੱਤਾ ਸੀਡ ਵਾਲੇ ਹੈਗੇ ਆ ਜੀ ਉਹਨਾਂ ਤੋਂ ਵੀ ਪ੍ਰੋਪਰ ਤੁਹਾਨੂੰ ਬੈਲ ਵੀ ਮਿਲੂਗਾ ਸੀਡ ਵੀ ਮਿਲੂਗਾ ਇੱਕ ਗਿੱਦੜਵਾਦੀ ਕੋਈ ਫਾਰਮ ਹੈਗੀ ਆ ਜੀ ਉੱਥੋਂ ਵੀ ਤੁਹਾਨੂੰ ਪ੍ਰੋਪਰ ਪੱਕਾ ਬੈਲ ਮਿਲ ਸਕਦਾ ਜਿੱਥੋਂ ਤੁਸੀਂ ਮਰਜ਼ੀ ਲੈ ਸਕਦੇ ਹੋ 2852 ਦੀ ਵੈਰੈਟੀ ਤਾਂ ਆਪਣੇ ਪੰਜਾਬ ਚ ਹਰਿਆਣੇ ਚੋਂ ਵੀ ਲੈ ਸਕਦੇ ਹੋ ਜਾ ਕੇ ਤੁਸੀਂ ਜੇ ਆਪਾਂ ਪਰਖ ਦੇਖੀਏ ਜੀ ਇਹਦੀ ਕੋਈ ਪਰਖ ਦਾ ਹੈ ਕੋਈ ਦਾਣਾ ਬਰੀਕ ਹੁੰਦਾ ਜਾਂ ਮੋਟਾ ਹੁੰਦਾ ਜਾਂ ਲੰਮਾ ਹੁੰਦਾ ਹੈ ਹਾਂਜੀ ਇਹਦਾ ਥੋੜਾ ਜਿਹਾ ਦਾਣਾ ਥੋੜਾ ਜਿਹਾ ਮਮੂਲੀ ਜਾਂ ਗੋਲ ਤੇ ਥੋੜੀ ਜਿਹੀ ਲੰਬਾਈ ਹੋਊਗੀ ਦਾਣੇ ਦੀ ਤੇ ਪ੍ਰੋਪਰ ਮੋਟਾ ਦਾਣਾ ਹੋਊਗਾ ਤਾਂ ਐ ਪੂਰਾ ਚਮਕੂਗਾ ਇੱਕ ਦੀ ਜਿਹੜੀ ਖਾਸੀਅਤ ਹੋਰ ਆ ਇੱਕ ਪਾਸੇ ਤੁਸੀਂ 30 86 ਦੀ 20 ਕਿਲੋ ਦੀ ਬਾਲਟੀ ਭਰ ਲਿਓ ਜੀ ਜੀ ਤੇ ਇੱਕ ਪਾਸੇ ਇਹਦੀ ਭਰ ਲਿਓ ਜੀ ਇਹ ਹਾਂ 2852 ਦੀ ਜਿਹੜੀ ਤੁਸੀਂ 2852 ਦੀ 20 ਕਿਲੋ ਦੀ ਬਾਲਟੀ ਭਰੋਗੇ ਨਾ ਇਹ ਉਹਦੇ ਤੇ ਘੱਟੋ ਘੱਟ ਵੀ 2 ਕਿਲੋ ਦਾ ਫਰਕ ਹੋਊਗਾ ਇਹਦੀ ਗਿਰੀ ਦੇ ਵਿੱਚ ਇੰਨਾ ਵਜ਼ਨ ਦੇਖਣ ਨੂੰ ਤੁਹਾਨੂੰ ਐ ਲੱਗੂਗੀ ਵੀ ਮਰਿਆ ਆ ਜਾ ਦਾਣਾ ਪਰ ਇਹਦਾ ਇਹਦਾ ਜਿਹੜਾ ਮਤਲਬ ਕਿ ਵਜ਼ਨ ਬਹੁਤ ਜ਼ਿਆਦਾ 2852 ਦਾ ਮੈਂ ਪ੍ਰੋਪਰ ਇਹ ਪਿਛਲੇ ਸਾਲ ਇੱਕ ਨਵੀਂ ਵੈਰਾਈਟੀ ਵੀ ਆਈ ਸੀ ਉਹ ਆਈ ਸੀਗੀ ਜੀ ਆਪਣਾ 700 ਪਤਨੀ ਕੋਸਵਾਈ ਦੀ ਸੀ ਆ ਪੰਜਾਂ ਕਿੱਲਿਆਂ ਚ ਮੈਂ ਉਹ ਵੇਚੀ ਸੀ ਇੱਧਰ ਆਪਣੇ 28 52 ਸੀ ਜੀ ਤੇ ਪੂਰੀ ਪ੍ਰੋਪਰ ਆਪਾਂ ਵੈੱਡ ਵਾਲੀ ਟਰਾਲੀ ਸਿੱਧੀ ਸੂਜੀ ਫੈਕਟਰੀ ਚ ਲਾਈ ਸੀ ਕਣਕ ਜੀ ਤਾਂ ਪੂਰਾ 3 ਕੁਇੰਟਲ ਦਾ ਫਰਕ ਪੈ ਗਿਆ ਸੀ ਟਰਾਲੀ ਮਗਰ ਹਾਂਜੀ 28 52 ਜਿਹੜੀ ਆ 3 ਕੁਇੰਟਲ ਵਧ ਗਈ ਸੀ ਉਹ ਸੇਮ ਉਨਾ ਹੀ ਵਾਹਣ ਵੱਡਿਆ ਉਨੀ ਆਪਾਂ ਟਰਾਲੀ ਭਰੀ ਠੀਕ ਹੈ ਜੀ ਠੀਕ ਹੈ ਜੀ ਉਨਾ ਹੀ ਭਾਵਾਣੇ ਸੀਗਾ ਵੱਡਿਆ ਵੇ ਤੇ ਉਹਦਾ ਦਾਣਾ ਜਰੂਰ ਮੋਟਾ ਸੀਗਾ ਜਿਹੜੀ ਇਹ ਵੈਰੈਟੀ ਆਪਾਂ ਮੈਂ ਗੱਲ ਕਰਦਾ 751 ਦੀ ਦਾਣਾ ਉਹਦਾ ਜਰੂਰ ਮੋਟਾ ਸੀ ਸ਼ਰੀਰਾਮ ਦੀ ਆਹੋ ਤੇ ਐਂ ਲੱਗਦੀ ਸੀ ਵੀ ਝਾੜ ਚ ਵਧੂਗੀ ਪਰ ਉਹਦੇ ਜਿਹੜਾ ਦਾਣੇ ਦੀ ਫਲਾਵਟ ਸੀਗੀ ਵਜ਼ਨ ਚ ਘੱਟ ਸੀ ਇਹਦਾ ਜਿਹੜਾ ਦਾਣਾ ਆਪਾਂ ਕਹਿ ਦਿੰਨੇ ਆ 2851 ਦਾ ਇਹਦਾ ਦਾਣਾ ਤੁਹਾਨੂੰ ਦਿਸਣ ਨੂੰ ਦਿਸੂਗਾ ਯਾਰ ਐਵੇਂ ਜੀਰਾ ਆ ਜਾ ਹੈਗੀ ਆ ਬਰੀਕ ਪਰ ਉਹਦਾ ਵਜ਼ਨ ਬਹੁਤ ਜ਼ਿਆਦਾ ਗਰੀਦਾ ਜੇ ਆਪਾਂ ਝਾੜ ਦੀ ਗੱਲ ਕਰੀਏ ਔਸਤ ਜੇ ਮੈਂ ਲੇਟ ਲੱਗਨ ਦੇ ਨਾਲ ਕੋਈ ਕਿੰਨੇ ਕਾ ਦੀ ਔਸਤ ਆ ਜਾਂਦੀ ਹੈ 40-45 ਦਾ ਆਰਾਮ ਨਾਲ ਆ ਜਾਂਦਾ ਹੈ 45 ਮਣ ਤੋਂ ਪਲੱਸ ਜਾਂਦੀ ਆ ਜੀ ਜੇ ਸਹੀ ਟੈਂਪਰੇਚਰ ਰਹੇ ਜੇ ਤਾਂ ਉਦੋਂ ਲੇਟ ਚ ਜ਼ਿਆਦਾ ਗਰਮੀ ਵੀ ਇਹ ਚੱਲ ਜਾਂਦੀ ਆ ਜੇ ਆਪਾਂ ਮੰਨ ਕੇ ਚੱਲੋ ਵੀ ਸਹੀ ਟੈਂਪਰੇਚਰ ਰਹੇ ਤਾਂ 60-65 ਮਣ ਤਾਈ ਵੀ ਆਪਾਂ ਇਹ ਕਣਕ ਗੱਢੀ ਆਈ ਗੋਬੀ ਗੋਬੀ ਵਾਲੀ ਠੀਕ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੇ ਦੋਸਤੋ ਕਾਫੀ ਭਰਾਵਾਂ ਦੇ ਜਿਹੜੇ ਮੈਸੇਜ ਆਉਂਦੇ ਸੀਗੇ ਕਿ 2851 ਕਣਕ ਬਾਰੇ ਜਿਹੜੀ ਸਾਨੂੰ ਜਾਣਕਾਰੀ ਲੈ ਕੇ ਦਿੱਤੋ ਦਿਓ ਤੇ ਅੱਜ ਆਪਣੇ ਨਾਲ ਬਾਈ ਪਰਮਜੀਤ ਸਿੰਘ ਮਾਨ ਸੀਗੇ ਤੇ ਬੜਾ ਇਹਨਾਂ ਦਾ ਵੀ ਕਾਫੀ ਲੰਮਾ ਤਜਰਬਾ ਤੇ ਸਾਰੀ ਗੱਲ ਜਿਹੜੀ ਇਹ ਤੋਂ ਲੈ ਕੇ ਜੈਡ ਤੱਕ ਆਪਾਂ ਬਾਈ ਜੀ ਹੋਂਨਾਂ ਤੋਂ ਪੁੱਛੀ ਜੇ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜਿਉਂਦੇ ਵਾਸਤੇ ਰਹੋ